ਕੈਪਟਨ ਸਰਕਾਰ ਦੇ ਆਉਂਦੇ ਹੀ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਗੁਰਦਾਸਪੁਰ ਵਿੱਚ ਕਰੀਬ 5 ਮਹੀਨਿਆਂ ਬਾਅਦ ਹੀ ਦਮ ਤੋੜ ਗਈ। ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਮਾਤਰ 10 ਰੁਪਏ ਵਿੱਚ ਖਾਣੇ ਦੀ ਥਾਲੀ ਮਿਲਦੀ ਸੀ, ਲੇਕਿਨ ਪ੍ਰਸ਼ਾਸਨ ਅਤੇ ਸਹਿਯੋਗੀਆਂ ਦੇ ਸਹਿਯੋਗ ਨਾ ਕਰਨ ਦੇ ਕਾਰਨ ਰਸੋਈ ਵਿੱਚ ਕੰਮ ਕਰਨ ਵਾਲੇ ਸਦੱਸਿਆਂ ਨੂੰ ਪਿਛਲੇ 4 ਮਹੀਨਿਆਂ ਤੋਂ ਵੇਤਨ ਹੀ ਨਹੀਂ ਦਿੱਤਾ ਗਿਆ, ਜਿਸ ਕਾਰਨ ਕਰਮਚਾਰੀਆਂ ਨੇ ਸਾਂਝੀ ਰਸੋਈ ਨੂੰ ਤਾਲਾ ਲਗਾ ਦਿੱਤਾ। ਉੱਥੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜਲਦ ਹੀ ਵੇਤਨ ਦਿੱਤਾ ਜਾਏਗਾ। ਇਹ ਜੀ 6ਵੇਂ ਮਹੀਨੇ 8 ਤਰੀਕ 'ਤੇ ਚਾਲੂ ਹੋਈ ਜੀ, ਅਤੇ ਜਿਹਦੇ 'ਤੇ ਉਦੋਂ ਮੰਤਰੀ ਵੀ ਆਏ ਸੀ, MLA ਆਏ ਸੀ, DC ਸਾਹਿਬ ਵੀ ਆਏ ਸੀ, ਔਰ ਸੈਕਟਰੀ ਸਾਹਿਬ ਵੀ ਆਏ ਰੈੱਡ ਕਰੋਸ ਵੱਲੋਂ। ਅਤੇ ਆਪਣੇ ਹੁਣ 6 ਮਹੀਨੇ ਬੀਤ ਚੁੱਕੇ ਨੇ, ਆਪਣੇ 1 ਮਹੀਨੇ ਦੀ ਸਾਨੂੰ ਤਨਖਾਹ ਮਿਲੀ ਸੀ, ਇਹ 7ਵੇਂ ਦੀ 8 ਤਰੀਕ 'ਤੇ ਮਿਲੀ ਸੀ, ਅਤੇ ਮੁੜ ਸਾਨੂੰ ਤਨਖਾਹ ਨਹੀਂ ਕਿਸੇ, ਸਾਨੂੰ ਇੰਨਾ ਵੀ ਨਹੀਂ ਪਤਾ ਵੀ ਕਿਹਦੇ ਕੋਲ ਆਪਾਂ ਤਨਖਾਹ ਲੈਣੀ ਜੇ ਅਤੇ ਕਿੰਨੇ ਸਾਨੂੰ ਦੇਣੀ ਜੇ। ਆਪਣੇ ਲੁਧਿਆਣੇ ਤੋਂ ਅਣਜਾਣ ਸੇਵਾ ਟਰੱਸਟ ਵਾਲੇ ਆਏ ਸੀ, ਉਹ ਸਾਨੂੰ ਲੈ ਕੇ ਆਏ ਸੀ ਇੱਥੇ, ਅਤੇ ਆਪਾਂ ਉਹਨਾਂ ਦੇ ਥਰੂ ਕੰਮ ਕਰ ਰਹੇ ਸੀ। ਕਦੀ ਕਹਿੰਦੇ ਜੀ ਉਹਨਾਂ ਕੋਲ ਤਨਖਾਹਾਂ ਲਓ, ਕਦੀ ਕਹਿੰਦੇ ਜੀ ਉਹਨਾਂ ਕੋਲ ਤਨਖਾਹਾਂ ਲਓ, ਅਤੇ ਸਾਨੂੰ ਤਾਂ ਕਿਸੇ ਬੰਨੇ ਪਤਾ ਨਹੀਂ ਲੱਗ ਰਿਹਾ ਵੀ ਕਿਹਦੇ ਕੋਲ ਤਨਖਾਹ ਲਈਏ ਆਪਾਂ। ਇੱਕ ਪਹਿਲਾਂ ਬਾਹਰ 'ਚੋਂ ਨਿਕਲ ਗਿਆ, ਉਹ ਸਕੂਲ 'ਚ ਚਲਾ ਗਿਆ ਕਾਲਜ ਦੇ ਵਿੱਚ ਪੜ੍ਹਨ ਵਾਸਤੇ। ਅਸੀਂ ਫਿਰ ਆ ਗਏ 7 ਬੰਦੇ, 7ਾਂ ਬੰਦਿਆਂ ਦੇ ਵਿੱਚੋਂ ਉਹ ਆਏ 2, ਮਤਲਬ 3, ਮੈਂ 2 ਕੁ 2.5 ਮਹੀਨੇ ਹੋਏ ਸੀ ਸਾਨੂੰ ਚੱਲਦਿਆਂ ਨੂੰ, ਅਤੇ ਉਹਨਾਂ ਨੇ ਉਹ 3 ਜਣਾਂ ਨੇ ਕੱਢ ਦਿੱਤੀਆਂ, ਉਹਨਾਂ ਨੂੰ ਵੀ ਤਨਖਾਹ ਨਹੀਂ ਦਿੱਤੀ ਗਈ। ਫਿਰ ਅਸੀਂ ਇੱਥੇ ਆਪਾਂ ਬਣਾਉਂਦੇ ਹਾਂ, ਦਾਲ ਬਣਾਉਂਦੇ ਹਾਂ, ਕਦੀ ਸਬਜ਼ੀ ਬਣਾਉਂਦੇ ਹਾਂ, ਕਦੀ ਕੁਛ ਬਣਾਉਂਦੇ ਹਾਂ, ਚੌਲ ਬਣਾਉਂਦੇ ਹਾਂ, ਫੁਲਕੇ ਬਣਾਉਂਦੇ ਹਾਂ, ਬਣਾ ਕੇ ਸਾਰਾ 1 ਵਜੇ ਅਸੀਂ ਸ਼ੁਰੂ ਕਰਦੇ ਹਾਂ, ਅਤੇ 3 ਵਜੇ ਤੱਕ ਟਾਈਮ ਹੁੰਦਾ ਵਾ, ਕਦੀ 2:30 ਵਜੇ ਖਤਮ ਹੋ ਜਾਂਦਾ, ਕਦੀ 3:45 ਖਤਮ ਹੋ ਜਾਂਦਾ, ਕਦੀ 3:30 ਵੀ ਵੱਜ ਜਾਂਦੇ ਆ। ਉਹ ਅਸੀਂ ਆਪਣਾ ਟਾਈਮ ਪੂਰਾ ਕਰਕੇ ਅਤੇ ਅਸੀਂ ਜੋ ਵਕਤ ਕਰੀਦਾ ਵਾ, ਪੈਸੇ ਵਟੀਦੇ ਆ, ਉਹਦਾ ਸਵੇਰ ਤੋਂ ਅਸੀਂ ਰਾਸ਼ਨ ਲਿਆਈਦਾ ਵਾ ਦੁਕਾਨ ਵਾਲੇ ਕੋਲ, ਅਤੇ ਰਾਸ਼ਨ ਲਿਆ ਕੇ ਦੋਨੋਂ ਅਸੀਂ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।